ਪ੍ਰਭੂ ਫਸਲ ਦੇ ਵਿੱਚ ਨਾ ਇੱਕ ਅੱਧੀ ਸਮੱਸਿਆ ਇਹੋ ਜੀ ਹੁੰਦੀ ਆ ਜਿਹੜੀ ਆਪਾਂ ਮੌਕੇ ਤੇ ਹੱਲ ਕਰਦੇ ਹੁੰਨੇ ਆ ਪਰ ਅਸਲ ਦੇ ਵਿੱਚ ਨਾ ਤਾਂ ਉਹਦੇ ਪੈਸੇ ਲੱਗਣੇ ਹੁੰਦੇ ਆ ਤੇ ਉਹ ਆਪਾਂ ਨੂੰ ਸਮੇਂ ਤੋਂ ਪਹਿਲਾਂ ਵਿਚਾਰ ਕਰਨੀ ਪੈਂਦੀ ਹੁੰਦੀ ਆ ਉਹ ਆਪਾਂ ਤਰੀਕਾ ਹੀ ਵਰਤਣਾ ਹੁੰਦਾ ਜੇ ਤੁਹਾਡੇ ਕੋਲੇ ਹਾਈਬ੍ਰਿਡ ਲੱਗਿਆ ਜਾਂ ਕੋਈ ਬਾਸਮਤੀ ਲੱਗਿਆ ਜਾਂ ਤੁਹਾਡੇ ਏਰੀਏ ਦੀ ਕੋਈ ਸਮੱਸਿਆ ਜਿੱਥੇ ਝੋਨੇ ਡਿੱਗ ਪੈਂਦੇ ਆ ਇੱਥੇ ਝੋਨੇ ਦਾ ਕਾਦ ਇੱਕੇ ਦਾਮ ਹੋ ਜਾਂਦਾ ਬਾਲਾ ਉਹਦੇ ਕਾਰਨ ਕਈ ਹੁੰਦੇ ਆ ਵੀ ਲੋੜੋਂ ਵੱਧ ਗ੍ਰੋਥ ਪ੍ਰੋਮੋਟਰ ਵਰਤਨੇ ਲੋੜੋਂ ਵੱਧ ਉਹਦੇ ਵਿੱਚ ਨਹਿਰੀ ਪਾਣੀ ਲੱਗੀ ਜਾਣਾ ਕਿਉਂਕਿ ਨਹਿਰੀ ਪਾਣੀ ਦੇ ਵਿੱਚ ਵੀ ਨਾਈਟ੍ਰੋਜਨ ਆਕਸਾਈਡ ਹੁੰਦਾ ਜਿਹੜਾ ਕਿ ਜੀਵਾਣੂਆਂ ਦੁਆਰਾ ਨਾਈਟ੍ਰੇਟ ਚ ਬਦਲਦਾ ਤੇ ਯੂਰੀਆ ਦਾ ਰੂਪ ਬਣ ਜਾਂਦਾ ਮਤਲਬ ਕਿ ਨਾਈਟ੍ਰੋਜਨ ਮੁੱਢ ਨੂੰ ਮਿਲਦੀ ਬੁੱਢਾ ਕੱਚਾ ਹੋ ਜਾਂਦਾ ਹੋਰ ਵੀ ਤੱਤ ਬਹੁਤ ਹੁੰਦੇ ਆ ਇੱਕ ਛੋਟਾ ਜਿਹਾ ਕੰਮ ਕਰਨਾ ਤੁਹਾਡੇ ਝੋਨੇ ਦੀ ਫਸਲ ਦੇ ਡਿੱਗਣ ਦੇ ਚਾਂਸ ਘੱਟ ਹੋ ਜਾਣਗੇ ਠੀਕ ਹੈ ਸੰਗਣਾ ਵੇਰ ਦਾ ਜਿਹੇ ਜਿਹਾ ਲੱਗਣਾ ਸੀ ਆਪਣਾ ਲੱਗ ਗਿਆ ਝੋਨਾ ਕਿਸਮ ਜਿਹੜੀ ਲਗਣੀ ਸੀ ਲੱਗ ਗਈ ਆਪਾਂ ਜਿਹੜੀਆਂ ਖਾਦਾ ਸਪਰੇਆ ਪਾਉਣੀਆਂ ਉਹ ਥੋੜਾ ਜਿਹਾ ਬਦਲ ਹੋ ਜਾਂਦਾ ਇੱਕ ਵਾਰ ਝੋਨੇ ਨੂੰ 30 ਦਿਨਾਂ ਤੋਂ ਲੈ ਕੇ ਚਾਹੇ ਲੰਬੀ ਕਿਸਮ ਹੈ ਚਾਹੇ ਛੋਟੀ ਕਿਸਮ ਹੈ ਚਾਹੇ ਜਿਹੜੀ ਮਰਜ਼ੀ ਆ 135 ਦੇ ਨਾਲ ਹੀ ਆ 120 ਦੇ ਨਾਲ ਹੀ ਆ ਭਾਵੇਂ 150 ਦੇ ਨਾਲ ਹੀ ਆ ਕੋਈ ਵੀ ਕਿਸਮ ਹੈਗੀ ਆ 30 ਦਿਨਾਂ ਤੋਂ ਲੈ ਕੇ 40 ਦਿਨਾਂ ਦੇ ਸੰਨ ਦੇ ਵਿੱਚ ਵਿੱਚ ਕਿਉਂਕਿ ਇਹ ਜਿਹੜੀ ਅਵਸਥਾ ਹੈਗੀ ਆ ਇਹ ਪੀਕ ਟਿਲਰਿੰਗ ਟਾਈਮ ਆ ਇੱਥੇ ਫਸਲ ਸੋਕਾ ਸੰਭਾਲ ਸਕਦੀ ਹੁੰਦੀ ਹੈ ਸੋਕੇ ਦਾ ਪ੍ਰਭਾਵ ਨਹੀਂ ਮੰਨਦੀ ਜੜਾਂ ਦਾ ਫਸਲ ਦੀਆਂ ਬਣੀ ਜਾ ਰਹੀਆਂ ਹੈਗੀਆਂ ਵੈਸੇ ਤਾਂ ਜਿਹੜੀ ਹੈਗੀ ਹੈ ਛਪਾਰਸ਼ 15 ਦਿਨਾਂ ਤੱਕ ਭਰਵੇਂ ਪਾਣੀ ਦਾ ਉਹ ਤੋਂ ਬਾਅਦ ਅਲਟਰਨੇਟ ਸੁੱਕ ਗਿਆ ਲਾ ਦਿਓ ਸੁੱਕ ਗਿਆ ਲਾ ਗਿਓ ਹਵਾ ਲਵਾਈ ਚਲੋ ਤੱਲੇ ਨੂੰ ਜਿਹੜਾ 25 ਦਿਨਾਂ ਤੋਂ ਬਾਅਦ ਦੀ ਪ੍ਰੈਕਟਿਸ ਹੈਗੀ ਆ ਉਦੋਂ ਆਪਾਂ ਪਾਣੀ 2 ਦਿਨ ਵੀ ਸੁਕਾ ਸਕਦੇ ਹੁੰਨੇ ਆ ਜਿਹੜੀ 30 ਤੋਂ 40 ਦਿਨਾਂ ਦੇ ਵਿੱਚ ਇੱਕ ਅਵਸਥਾ ਇਸ ਤਰ੍ਹਾਂ ਦੀ ਹੈ ਜਿੱਥੇ ਹਜੇ ਬੱਲੀਬਾਨ ਨਹੀਂ ਲੱਗੀ ਹੁੰਦੀ ਝੋਨੇ ਦੀ ਉੱਥੇ ਆਪਾਂ ਇੱਕ ਵਧੀਆ ਸੋਕਾ ਲਵਾਉਣਾ ਤਾਕੇ ਝੋਨੇ ਨੂੰ ਇੱਕ ਵਾਰੀ ਇਦਾਂ ਲੱਗੇ ਵੀ ਯਾਰ ਔੜ ਆ ਗਈ ਪਾਣੀ ਦੀ ਬਹੁਤ ਜ਼ਿਆਦਾ ਔੜ ਆ ਗਈ ਧਰਤੀ ਸੁੱਕ ਜੇ ਖੁਸ਼ਕ ਹੋ ਜੇ ਤੁਸੀਂ ਵਿੱਚ ਦੀ ਚੱਲੋ ਪਾਪੜੀਆਂ ਉੱਠ ਖੜਨ ਕਈ ਵੀਰਾਂ ਦੇ țeੜਾਂ ਜਿਆਦੇ ਪੈਂਦੀਆਂ ਉੱਥੇ ਥੋੜਾ ਜਿਹਾ ਸੋਕਾ ਨਾਰਮਲ ਲਵਾ ਲਿਓ ਆਪਦੇ ਖੇਤਾਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਦੀ ਜ਼ਮੀਨ ਹੈਗੀ ਆ ਤਾਂ ਕਿ ਝੋਨੇ ਦੀਆਂ ਜੜਾਂ ਦਾ ਉੱਪਰਲਾ ਹੀ ਸਾਈਡਾ ਧਰਤੀ ਨਾਲ ਸਪਸ਼ਟਾ ਹੈਗਾ ਉਹਦੇ ਵਿੱਚ ਨਮੀਆਂ ਜੜਾਂ ਬਣ ਝੋਨੇ ਦੀ ਰੂਟ ਗ੍ਰਿਪ ਵੀ ਵਧੀਆ ਹੋਊਗੀ ਤੇ ਬੂਟਾ ਵਾਸ਼ ਆਊ ਡੋਊ ਆ ਜਿੱਦਾਂ ਆਪਾਂ ਕੱਪੜੇ ਨੂੰ ਧੋਣੇ ਹੈਗੇ ਆ ਨਾ ਉਹਦੇ ਵਿੱਚੋਂ ਮੈਲ ਨਿਕਲ ਜਾਂਦੀ ਹੈਗੀ ਆ ਬੂਟਾ ਜਿਹੜਾ ਹੈਗਾ ਆਪਣੇ ਪੱਤੇ ਦੇ ਵਿੱਚ ਵਧੀ ਹੋਈ ਕਲੋਰੋਫਿਲ ਆ ਜਿਹੜੀ ਉਹਨੂੰ ਵੀ ਕਟਾਉਂਦਾ ਹੈਗਾ ਸੈਪ ਨੂੰ ਵੀ ਕਟਾਉਂਦਾ ਹੈਗਾ ਜਿਹੜੀ ਪੱਤੇ ਦੀ ਟਿਪ ਹੁੰਦੀ ਆ ਤੁਸੀਂ ਦੇਖੋ ਜਿੱਥੇ ਨਹਿਰੀ ਪਾਣੀ ਜ਼ਿਆਦਾ ਰਹਿ ਝੋਨਾ ਕੱਚਾ ਹੁੰਦਾ ਸੀਵਰ ਦੇ ਪਾਣੀ ਜ਼ਿਆਦਾ ਲੱਗਦੇ ਆ ਕੋਈ ਬਰਸਾਤੀ ਨਾਲਾ ਟਪਦਾ ਕੋਈ ਸੇਮ ਨਾਲਾ ਟਪਦਾ ਉਹਦਾ ਪਾਣੀ ਲੱਗ ਰਿਹਾ ਹੈ ਉਹ ਝੋਨੇ ਕੱਚੇ ਹੁੰਦੇ ਆ ਜਾਂ ਰੂੜੀ ਜ਼ਿਆਦਾ ਪੈਂਦੀ ਹੈ ਕੱਚੇ ਹੁੰਦੇ ਝੋਨੇ ਇਹ ਤੇ ਸ਼ੋਰੇ ਵਾਲੇ ਪਾਣੀ ਹੈਗੇ ਆ ਚਿੱਟਾ ਸ਼ੋਰਾ ਕਾਲਾ ਸ਼ੋਰਾ ਜਾਂ ਕੋਈ ਹੋਰ ਤਰ੍ਹਾਂ ਦਾ ਸ਼ੋਰਾ ਉੱਥੇ ਝੋਨੇ ਦੀ ਟਿਪ ਆ ਜਿਹੜੀ ਪੱਤੀ ਦਾ ਆਖਰੀ ਕੋਨਾ ਹੈਗਾ ਉਹ ਮੱਚਿਆ ਹੋਇਆ ਨਜ਼ਰ ਆਊਗਾ ਜਲਿਆ ਹੋਇਆ ਨਜ਼ਰ ਆਊਗਾ ਕਿਉਂ ਆਊਗਾ ਕਿਉਂਕਿ ਝੋਨਾ ਇੱਥੋਂ ਦੀ ਹਵਾ ਦੇ ਵਿੱਚ ਸਮਾਨ ਛੜਦਾ ਪਿਸ਼ਾਬ ਕਰਦਾ ਇਦਾਂ ਦੀ ਆਪਾਂ ਸਟੇਟਮੈਂਟ ਵਰਤ ਸਕਦੇ ਆ ਕਿ ਝੋਨੇ ਦੇ ਵਿੱਚ ਜਿਹੜਾ ਵੀ ਪਾਣੀ ਦੇ ਵਿੱਚ ਘੁਲ ਕੇ ਸਿਸਟਮ ਜਾਂ ਖਰਾਕੀ ਤੱਤ ਹੈਗੇ ਆ ਉਹ ਆਏ ਹੋਏ ਆ ਜੇ ਹਵਾ ਦੇ ਵਿੱਚ ਖੁਸ਼ਕੀ ਆ ਤਾਂ ਫੇਰ ਵੀ ਬੂਟੇ 'ਚ ਪਾਣੀ ਵੜ ਜਾਣਾ ਜੇ ਆਪਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਸਾਲਟ ਆਪਣੀ ਮਿੱਟੀ ਦੇ ਵਿੱਚ ਐਕਟਿਵ ਹੈਗਾ ਜਿਹੜਾ ਝੋਨੇ ਦੀ ਫਸਲ ਨੇ ਜਾਣੇ ਅਣਜਾਣੇ ਦੇ ਵਿੱਚ ਖਾ ਲਿਆ ਉਹਨੇ ਹੁਣ ਬਾਹਰ ਤਾਂ ਕੱਢਣਾ ਹੀ ਆ ਆਪਣੇ ਪਸੀਨੇ ਦੇ ਵਿੱਚ ਵੀ ਸ਼ੋਰਾ ਹੁੰਦਾ ਕਿਉਂਕਿ ਜੇਕਰ ਆਪਾਂ ਸ਼ੋਰੇ ਵਾਲਾ ਪਾਣੀ ਪੀਂਦੇ ਤਾਂ ਆਪਣੇ ਕੋਲੇ ਵਧੀਆ ਆਪਸ਼ਨ ਆ ਸਾਲ ਦੇ ਵਿੱਚ ਜਿਹੜੇ 2 ਮਹੀਨੇ ਹੈਗੇ ਜਿਨ੍ਹਾਂ ਦੇ ਵਿੱਚ ਪਸੀਨਾ ਜ਼ਿਆਦਾ ਆਉਂਦਾ ਉਹਦੇ ਨਾਲ ਆਪਣੀ ਬੋਡੀ ਨੂੰ ਬੈਨੀਫਿਟ ਹੁੰਦਾ ਹੈਗਾ ਇਹ ਹੀ ਫੈਨੀਫਿਟ ਲੈਣ ਦੀ ਫਸਲ ਵੀ ਕੋਸ਼ਿਸ਼ ਕਰਦੀ ਹੈਗੀ ਆ ਫਸਲ ਨੇ ਤਰੇਲੀ ਦਾ ਵੀ ਫਾਇਦਾ ਲੈਣਾ ਹੁੰਦਾ ਜਿਹੜੀ ਸਵੇਰ ਦੇ ਸਮੇਂ ਤਰੇਲੀ ਪੈਂਦੀ ਹੈ ਸ਼ਹਿਰਾਂ ਦੇ ਨੇੜੇ ਪ੍ਰਦੂਸ਼ਣ ਜ਼ਿਆੜੇ ਹੁੰਦਾ ਰੋਡਵੇ ਰੋੜਾਂ ਦੇ ਨੇੜੇ ਪ੍ਰਦੂਸ਼ਣ ਜ਼ਿਆਦਾ ਹੁੰਦਾ ਉੱਥੋਂ ਵੀ ਸਲਫਰ ਦੇ ਕੰਟੈਂਟ ਜਿਹੜੇ ਪੱਤੇ ਚਲੇ ਜਾਂਦੇ ਆ ਝੋਨੇ ਕੱਚੇ ਰਹਿੰਦੇ ਹੈਗੇ ਕਹਿਣ ਦਾ ਮਤਲਬ ਕਿ ਜਿਹੜਾ ਇਹ ਸਮਾਂ ਹੈਗਾ 30 ਤੋਂ 40 ਦਿਨ ਦਾ ਜੇਕਰ ਤੁਹਾਡੇ ਖੇਤਾਂ ਵਿੱਚ ਪोटाਸ਼ ਦੀ ਕਮੀ ਹੈ ਤਾਂ ਪोटाਸ਼ ਵੀ ਪੂਰੀ ਕਰ ਲਓ ਵੈਸੇ ਤਾਂ ਕਦੂ ਜੀ ਪੈਂਦੀ ਹੁੰਦੀ ਹੈ ਪोटाਸ਼ ਠੀਕ ਹੈ ਪਹਿਲੀ ਰੇਹ ਨਾ ਪੈ ਸਕਦੀ ਹੈ ਕਦੋਂ ਵੀ ਪੈ ਸਕਦੀ ਹੈ ਜੇ ਤੁਹਾਡਾ ਝੋਨਾ ਲੱਗੇ ਨੂੰ ਟ ਨਜ਼ਾਰੇ ਤੋਂ ਪਹਿਲਾਂ ਮੇਰੇ ਦੇ ਪਹਿਲਾਂ ਹੀ ਵੀਡੀਓ ਕੀਤੀ ਹੈ ਵੀ ਇਹਦਾ ਝਾੜ ਚ ਵੀ ਰੋਲਾ ਇਹ ਡਿੱਗਣ ਵੀ ਨਹੀਂ ਦਿੰਦੀ ਕਿਉਂਕਿ ਜਿਹੜੀ ਪोटाश ਹੈਗੀ ਆ ਉਹ ਖਰਾਕ ਦੇ ਲਈ ਸੜਕਾਂ ਤਿਆਰ ਕਰਦੀ ਆ ਟਰੱਕ ਤਿਆਰ ਕਰਦੀ ਆ ਉਹ ਖਰਾਕ ਉੱਪਰੋਂ ਥੱਲੇੋਂ ਥੱਲੇੋਂ ਤਾਂ ਨੂੰ ਜਦੋਂ ਜਾਂਦੀ ਆ ਤਾਂ ਬੂਟੇ ਦਾ ਗ੍ਰਿਪ ਵਧੀਆ ਰਹਿੰਦੀ ਹੈਗੀ ਆ ਤੇ ਰੂਟ ਬਾਇਓਮਾਸ ਵਾਧਾ ਪਲਾਂਟ ਦਾ ਬਾਇਓਮਾਸ ਵੀ ਠੀਕ ਰਹਿੰਦਾ ਹੈਗਾ ਤੇ ਉਹ ਪਲਾਂਟ ਦੀ ਜਿਹੜੀ ਸੱਤਾ ਹੈਗੀ ਸਖਤ ਹੋ ਜਾਂਦੀ ਥੋੜੀ ਜੀ ਉਹਨੂੰ ਫਿਰ ਜਿਹੜੇ ਹੈਗੇ ਆ ਤੁਹਾਡੇ ਕੀੜੇ ਮਕੌੜੇ ਵੀ ਘਟ ਪੈਂਦੇ ਹੈਗੇ ਆ ਜਿਹੜਾ ਇਹ 30 ਤੋਂ 40 ਦਿਨ ਦਾ ਸਮਾਂ ਹੈਗਾ ਜੇ ਇਹਦੇ ਵਿੱਚ ਤੁਸੀਂ ਸੋਕਾ ਲਵਾ ਦਿੰਦੇ ਹੋ ਜੜਾ ਉਹਦੇ ਨਾਲ ਨਵੀਆਂ ਬਣਦੀਆਂ ਚਿੱਟੀਆਂ ਤਾਂ ਜਿਹੜਾ ਅੱਗੇ ਰੀਪਰੋਡਕਟਿਵ ਫੇਸ ਸ਼ੁਰੂ ਹੋਣਾ ਜਿਹਦੇ ਵਿੱਚ ਬੱਲੀ ਤਿਆਰ ਹੋਣੀ ਲੱਗਣੀ ਹੈਗੀ ਆ ਤੇ ਬੱਲੀ ਤੋਂ ਬਾਅਦ ਫਿਰ ਪੀ ਪੀ ਆਈ ਸਟੇਜ ਤੋਂ ਬਾਅਦ ਫਿਰ ਜਦੋਂ ਉਹ ਗੋਭ ਦੇ ਵਿੱਚ ਆਉਣੀ ਹੈ ਜਾਂ ਬਾਹਰ ਨਿਕਲਣੀ ਹੈਗੀ ਆ ਇਸ ਪ੍ਰੋਸੈਸ ਦੇ ਵਿੱਚ ਜਿਹੜੀ ਬੂਟੇ ਨੂੰ ਖਰਾਕ ਚਾਹੀਦੀ ਹੈ ਉਹ ਫਿਰ ਖੇਤ ਦੇ ਵਿੱਚੋਂ ਹੀ ਲਊਗਾ ਉਹਨੂੰ ਫਿਰ ਬਾਲਾ ਜਿਆਦੇ ਹੋਰ ਤਣਾਅ ਮੁਕਤ ਹੋ ਜਾਊਗਾ ਕਹਿਣ ਦਾ ਭਾ ਬੂਟਾ ਤੇ ਇੱਕੋ ਜਿਹਾ ਇਫੈਕਟਿਵ ਡੀਲਰ ਵਧਣਗੇ ਕਿਉਂਕਿ ਜਿੱਦੋਂ ਉਹਦੀ ਗ੍ਰਿਪ ਵਧ ਗਈ ਉਹਦਾ ਰੂਟ ਦੀ ਪਹੁੰਚ ਵਧ ਗਈ ਤਾਂ ਉਹਨੇ ਖਰਾਕ ਲਈ ਤਾਂ ਉਹਨੇ ਜਿਹੜੇ 2-4 ਟਿੱਲਰ ਮਾਰਨੇ ਸੀਗੇ ਉਹ ਨਹੀਂ ਮਾਰੂਗਾ ਫਿਰ ਉਹ ਉਹਦੀ ਗ੍ਰੀਨਰੀ ਨਾਰਮਲ ਰਹੂਗੀ ਜਿਹੜੇ ਝੋਨਿਆਂ ਦੇ ਵਿੱਚ ਆਖਰੀ ਸਮੇਂ ਦੇ ਵਿੱਚ ਕਿਉਂਕਿ ਹੁਣ ਭਾਵੇਂ ਤੁਸੀਂ 8 ਇੰਚ ਤੇ ਝੋਨਾ ਲਾਇਆ ਭਾਵੇਂ 12 ਇੰਚ ਤੇ ਲਾਇਆ ਕਿੰਨਾ ਵੀ ਵਿਰਲਾ ਸੰਘਣਾ ਚਾਹੇ ਕੋਈ ਡੀਏ ਸਾਰਾ ਤੁਹਾਡੇ ਕੋਲੇ ਉਹਦੇ ਥੱਲੇ ਇੰਨੀਆਂ ਕਿ ਜੰਦਾ ਜੜਾ ਬਣੀਆਂ ਹੋਊਗਾ ਤੁਸੀਂ ਬੂਟਾ ਪਟੋਗੇ ਛੇੜੀ ਛੇੜੀ ਪੱਟੀਆਂ ਨਹੀਂ ਜਾਣਾ ਤਾਂ ਜੇ ਤੁਸੀਂ ਜੂਰੀਆ ਦੀ ਜਾਂ ਕਿਸੇ ਹੋਰ ਕੋਈ ਦਾਣੇਦਾਰ ਜ਼ਹਿਰ ਦੀ ਤੁਸੀਂ ਵਰਤੋਂ ਕਰ ਰਹੇ ਹੋ ਉਹਦੀ ਮਾਤਰਾ ਬੰ ਠੀਕ ਹੈ ਵੈਸੇ ਤਾਂ ਮੈਂ ਯੂਰੀਆ ਤੇ ਸਪੈਸ਼ਲ ਵੀਡੀਓ ਕੀਤੀ ਹੋਈ ਹੈ ਕਿ ਆਖਰੀ 2 ਜੋ ਤੁਸੀਂ ਨੋਰਮਲ ਦੇਣੀ ਆਪਣੇ ਖੇਤਾਂ ਦੇ ਮੁਤਾਬਕ ਜਿਆਦਾ ਦੇ ਦਿੰਨੇ ਹੋ ਤਾਂ ਫਸਲ ਜਿਆਦਾ ਯੂਰੀਆ ਘੱਟ ਸਮੇਂ 'ਚ ਲੈ ਲੈਂਦੀ ਆ ਤੇ ਜਿਆਦਾ ਕੱਚੀ ਹੋ ਜਾਂਦੀ ਆ ਫਿਰ ਉਹ ਸੁੰਡੀਆਂ ਨੂੰ ਨਿਉਤਾ ਮਿਲਦਾ ਹੈਗਾ ਕਹਿਣ ਦਾ ਉਲਝਣ ਦੀ ਲੋੜ ਨਹੀਂ ਹੈਗੀ ਹਰ ਇੱਕ ਵੀਡੀਓ ਦਾ ਇੱਕ ਮਤਲਬ ਆ ਹਰ ਟਾਈਮ ਬਾਅਦ ਉਹ ਜਾਣਕਾਰੀ ਆਰ ਸੀਜ਼ਨ ਦੇ ਵਿੱਚ ਬਦਲਦੀ ਰਹਿੰਦੀ ਆ ਐਸ ਵਾਰ ਜੇ ਤੁਸੀਂ ਸੋਕਾ ਲਵਾ ਲੈਂਦੇ ਹੋ ਵੈਸੇ ਸੋਕਾ ਬਹੁਤ ਲੱਗਿਆ ਠੀਕ ਹੈ ਰੂਟ ਗ੍ਰਿਫ ਬਹੁਤ ਵਧੀਆ ਬਣੇ ਹੋਣਗੇ ਪਰ ਕਈ ਏਰੀਏ ਦੇ ਵਿੱਚ ਕੀ ਹੈ 3 ਗਿਲਾ ਦੇ ਮੋਟਰ ਵੀ ਹੈਗੀ ਆ ਤੇ 12 ਕਿੱਲਿਆਂ ਦੀ ਮੋਟਰ ਵੀ ਹੈਗੀ ਆ ਬਰਸਾਤ ਦੇ ਕਈਆਂ 'ਚ ਵਧੀਆ ਹੋਈ ਕਹਿੰਦਾ ਜੀ ਇੱਕ ਵੀ ਬਰਸਾਤ ਨਹੀਂ ਹੋਈ ਹੈਗੀ ਸਾਰਿਆਂ ਖੇਤਾਂ ਦੇ ਵਿੱਚ ਕੰਡੀਸ਼ਨਾਂ ਵੱਖੋ ਵੱਖਰੀਆਂ ਪਰ ਜੇ ਇਹ ਕੰਮ ਕਰ ਲੈਣੇ ਜੋ ਉਹ ਨੱਡਿਗਦਾ ਵੀ ਨਹੀਂ ਹੈਗਾ ਐਫੈਕਟਿਵ ਟਿੱਲਰ ਵਧਣਗੇ ਤੇ ਝੋਨੇ ਦਾ ਜਿਹੜਾ ਝਾੜ ਆ ਉਹ ਚੰਗਾ ਆਊਗਾ ਜਾਣਕਾਰੀ ਸ਼ੇਅਰ ਕਰੋ ਇੰਸਟਾਗ੍ਰਾਮ ਫੇਸਬੁੱਕ YouTube ਤੇ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਠੀਕ